ਵੀ ਮੈਂ ਸਰਦਾਰ ਝੰਡਾ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜਿਹੜੀ ਗਲਤ ਬਿਆਨਬਾਜ਼ੀ ਉਹ ਛੱਡਣ, ਜਿਹੜੀ ਉਹਨਾਂ ਪ੍ਰਧਾਨਗੀ ਦੀ ਕੁਰਤੀ ਸਵਾਈ ਆ ਉਹਨੂੰ ਪ੍ਰੈਸ ਪੁਲਿਸ ਮਾਰ ਕੇ ਰੱਖਣ। ਆਪਾਂ ਕੋਈ ਨਹੀਂ, ਸੇਵਾ ਸੰਭਾਲਣ ਤੋਂ ਬਾਅਦ ਇਲੈਕਸ਼ਨ ਵੀ ਕਰਾਵਾਂਗੇ, ਵੋਟਾਂ ਵੀ ਪਵਾਵਾਂਗੇ, ਉਹਦੇ ਵਿੱਚ ਸਰਦਾਰ ਝੰਡਾ ਸਾਹਿਬ ਕੁਰਤੀ ਪਾ ਕੇ ਆ ਜਾਵਾਂਗੇ। ਪ੍ਰਧਾਨ ਪ੍ਰਧਾਨ ਕਹਿਣਾ ਤਾਂ ਮੈਂ ਸਮਝਦਾ ਸੰਸਥਾ ਦੀ ਵੀ ਤੁਹੀਨ ਆ, ਇਹੋ ਜਿਹੀ ਲੜਾਈ ਜਿਹੜੀ ਉਹਦੇ 'ਚ ਨਹੀਂ ਉਹਨਾਂ ਨੂੰ ਸਰਦਾਰ ਝੰਡਾ ਸਾਹਿਬ ਨੂੰ ਪੈਣਾ ਚਾਹੁੰਦਾ। ਅਤੇ ਹੋ ਸਕਦਾ ਸਰਦਾਰ ਝੰਡਾ ਸਾਹਿਬ ਤਾਂ ਡਿੱਗ ਜਾਣ, ਉਹ ਤਾਂ ਕਹਿੰਦੇ ਆ, ਪਰ ਜਿਹੜੇ ਉਹ ਆਸੇ ਪਾਸੇ ਜਿਹੜੇ ਹੈਗੇ ਆ ਸਲਾਹਾਂ ਦੇ, ਗਲਤ ਸਲਾਹਾਂ ਦੇਣ ਵਾਲੇ, ਸਾਜ਼ਿਸ਼ਾਂ ਕਰਨ ਵਾਲੇ, ਉਹੀ ਨਹੀਂ ਉਹਨਾਂ ਨੂੰ ਡਿੱਗਣ ਦਿੰਦੇ। ਸਾਨੂੰ ਆਪਣੀਆਂ ਹੱਦਾਂ ਦੇ ਵਿੱਚ, ਆਪਣੀਆਂ ਸੀਮਾਵਾਂ ਦੇ ਵਿੱਚ ਰਹਿਣਾ ਚਾਹੀਦਾ। ਹੱਦਾਂ ਤੋਂ ਬਾਹਰ ਦੀ ਬਿਆਨਬਾਜ਼ੀ ਜਿਹੜੀ ਕਰਕੇ ਉਹ ਸੰਗਤਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਵਿਕਟਰੀ ਦੇ ਚਿੰਨ੍ਹ ਬਣਾਏ ਸੀ ਐਂ ਕਰ ਕਰਕੇ ਵੀ ਅਸੀਂ ਜਿੱਤੇ ਪਏ ਜਿੱਤੇ ਪਏ ਹਾਂ, ਪਰ ਮੈਂਬਰਾਂ ਨੇ ਜਿਹੜਾ ਅਸੀਂ ਪਾਸਾ ਪਲਟ ਦਿੱਤਾ, ਬਕਾਇਦਾ ਫਾਰਮ ਭਰੇ ਗਏ, ਬਕਾਇਦਾ ਵੋਟਾਂ ਹੋਈਆਂ, ਝੰਡਾ ਸਾਹਿਬ ਨੇ ਵੋਟ ਪਾਈ, ਹਾਰ ਗਏ, ਬਹੁਮਤ ਜਿਹੜਾ ਸੀ ਸਾਨੂੰ ਮਿਲਿਆ। ਸੋ ਹੁਣ ਵੀ ਮੈਂ ਸਰਦਾਰ ਝੰਡਾ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜਿਹੜੀ ਗਲਤ ਬਿਆਨਬਾਜ਼ੀ ਉਹ ਛੱਡਣ, ਜਿਹੜੀ ਉਹਨਾਂ ਪ੍ਰਧਾਨਗੀ ਦੀ ਕੁੜਤੀ ਸਵਾਈ ਆ ਉਹਨੂੰ ਪ੍ਰੈਸ ਪੁਲਿਸ ਮਾਰ ਕੇ ਰੱਖਣ। ਆਪਾਂ ਕੋਈ ਨਹੀਂ, ਸੇਵਾ ਸੰਭਾਲਣ ਤੋਂ ਬਾਅਦ ਇਲੈਕਸ਼ਨ ਵੀ ਕਰਾਵਾਂਗੇ, ਵੋਟਾਂ ਵੀ ਪਵਾਵਾਂਗੇ, ਉਹਦੇ ਵਿੱਚ ਸਰਦਾਰ ਝੰਡਾ ਸਾਹਿਬ ਕੁੜਤੀ ਪਾ ਕੇ ਆ ਜਾਓ ਪ੍ਰਧਾਨਗੀ ਦੀ। ਕੋਈ ਜੇ ਮੈਂਬਰਾਂ ਨੇ ਚਾਹਿਆ, ਸੰਗਤਾਂ ਨੇ ਚਾਹਿਆ ਤਾਂ ਉਹਨਾਂ ਨੂੰ ਸੇਵਾ ਦੇਣੀ, ਤਾਂ ਸੇਵਾ ਦਾ ਕੰਮ। ਜਿੱਥੇ ਪ੍ਰਧਾਨ ਪ੍ਰਧਾਨ ਕਹਿਣਾ ਤਾਂ ਮੈਂ ਸਮਝਦਾ ਸੰਸਥਾ ਦੀ ਵੀ ਤੁਹੀਨ ਆ, ਇਹੋ ਜਿਹੀ ਲੜਾਈ ਜਿਹੜੀ ਉਹਦੇ 'ਚ ਨਹੀਂ ਉਹਨਾਂ ਨੂੰ ਸਰਦਾਰ ਝੰਡਾ ਸਾਹਿਬ ਨੂੰ ਪੈਣਾ ਚਾਹੁੰਦਾ। ਪਰ ਮੈਂ ਸਮਝਦਾ ਵੀ ਸਰਦਾਰ ਝੰਡਾ ਸਾਹਿਬ ਦੀ ਬਸ ਦੀ ਗੱਲ ਨਹੀਂ ਆ, ਉਹ ਆਸੇ ਪਾਸੇ ਦੀ ਜ਼ਿਆਦਾ ਸੁਣਦੇ ਆ, ਕੋਈ ਫੈਸਲੇ ਘੱਟ ਲੈਂਦੇ ਆ। ਉਸ ਸਾਡੇ ਹੀ ਜਿਹੜੇ ਸਾਥੀ ਆ ਉਹੀ ਨਹੀਂ ਉਹਨਾਂ ਨੂੰ ਟਿਕਣ ਦਿੰਦੇ। ਹੋ ਸਕਦਾ ਸਰਦਾਰ ਝੰਡਾ ਸਾਹਿਬ ਤਾਂ ਟਿਕ ਜਾਣ, ਉਹ ਤਾਂ ਕਹਿੰਦੇ ਆ, ਪਰ ਜਿਹੜੇ ਉਹ ਆਸੇ ਪਾਸਿਓਂ ਜਿਹੜੇ ਹੈਗੇ ਆ ਸਲਾਹਾਂ ਦੇ, ਗਲਤ ਸਲਾਹਾਂ ਦੇਣ ਵਾਲੇ, ਸਾਜ਼ਿਸ਼ਾਂ ਕਰਨ ਵਾਲੇ, ਉਹੀ ਨਹੀਂ ਉਹਨਾਂ ਨੂੰ ਟਿਕਣ ਦਿੰਦੇ। ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਆਸੇ ਪਾਸੇ ਦੀਆਂ ਨਾ ਸੁਣ, ਜਿਹੜਾ ਉਹਨਾਂ ਵਚਨ ਕੀਤਾ ਮੀਟਿੰਗ ਦੇ ਵਿੱਚ, ਸਹਿਮਤੀ ਬਣੀ ਆ, ਉਸ ਸਹਿਮਤੀ ਤੋਂ ਭਗੌੜੇ ਨਾ ਹੋਣ, ਭੱਜਣ ਨਾ ਝੰਡਾ ਸਾਹਿਬ ਨੂੰ ਨਹੀਂ ਕਰਨੀਆਂ ਚਾਹੀਦੀਆਂ। ਜਿਹੜਾ ਸਾਡੇ ਅਖਤਿਆਰ 'ਚ ਹੀ ਨਹੀਂ, ਵੱਸ 'ਚ ਹੀ ਨਹੀਂ ਆ, ਉਹ ਗੱਲਾਂ ਅਸੀਂ ਕਿਉਂ ਕਰਦੇ ਹਾਂ? ਇਹ ਤਾਂ ਬਾਅਦ ਵਿੱਚ ਸਾਰੀਆਂ ਸੰਗਤਾਂ, ਸਾਰੇ ਮੈਂਬਰ ਸਾਹਿਬਾਨਾਂ ਫੈਸਲਾ, ਔਰ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ, ਉਹਨਾਂ ਨੇ ਚੋਣ ਕਮਿਸ਼ਨ ਬਣਾਉਣਾ, ਗੁਰਦੁਆਰਾ ਕਮਿਸ਼ਨ ਬਣਾਉਣਾ, ਉਹਨਾਂ ਨੇ ਇਸ ਜਿਹੜੀ 18 ਮਹੀਨਿਆਂ ਵਾਲੀ ਬਣੀ ਕਮੇਟੀ ਸੀ ਜਿਹਨੂੰ 8 ਸਾਲ ਹੋ ਗਏ, ਉਹਨੂੰ ਕੰਟੀਨਿਊ ਕਰਨਾ ਜਾਂ ਨਵੀਂ ਬਣਾਉਣੀ ਹੈ ਜਾਂ ਕੀ ਕਰਨਾ, ਇਹ ਤਾਂ ਉਹਨਾਂ ਦੇ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ ਹੈ, ਉਹ ਸਾਡਾ ਨਹੀਂ ਹੈ। ਸੋ ਇਸ ਕਰਕੇ ਮੈਂ ਸਮਝਦਾ ਵੀ ਸਾਨੂੰ ਆਪਣੀਆਂ ਹੱਦਾਂ ਦੇ ਵਿੱਚ, ਆਪਣੀਆਂ ਸੀਮਾਵਾਂ ਦੇ ਵਿੱਚ ਰਹਿਣਾ ਚਾਹੀਦਾ। ਹੱਦਾਂ ਤੋਂ ਬਾਹਰ ਦੀ ਬਿਆਨਬਾਜ਼ੀ ਜਿਹੜੀ ਕਰਕੇ ਉਹ ਸੰਗਤਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਅਤੇ ਬਾਦਲ ਪਰਿਵਾਰ ਨੂੰ ਮਜ਼ਬੂਤ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਤਾਂ ਚਾਹੁੰਦੇ ਆ ਕਿ ਹਰਿਆਣਾ ਕਮੇਟੀ ਦੇ ਆਗੂ ਆਪਸ ਵਿੱਚ ਲੜਨ, ਅਤੇ ਅਸੀਂ ਲੋਕਾਂ ਨੂੰ ਕਹਿ ਸਕੀਏ ਆਹ ਦੇਖੋ ਜੀ ਇਹਨਾਂ ਦੀ ਲੜਾਈ ਕਰ ਰਹੀ ਹੈ। ਸੋ ਇਸ ਕਾਰਨ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਕਿ ਜਿਹੜੀ ਆਗੂ ਮੈਂਬਰਾਂ ਦੇ ਵਿੱਚ ਬੈਠ ਕੇ ਸਾਰੀ ਸਹਿਮਤੀ ਬਣੀ ਸੀ, ਉਸ ਸਹਿਮਤੀ ਦੇ ਉੱਤੋਂ ਭਗੌੜੇ ਨਾ ਹੋਣ। ਸਰਦਾਰ ਝੰਡਾ ਸਾਹਿਬ ਜਾ ਰਿਹਾ ਕਿ ਹਮ ਪ੍ਰਧਾਨ ਹੈ, ਕਿਆ ਇਸਮੇ ਬਾਦਲ ਪਰਿਵਾਰ ਕੀ ਕੋਈ ਸਾਜਿਸ਼ ਹੈ ਕਿ ਉਨਕੋ ਪ੍ਰਮੋਟ ਕੀਆ ਜਾ ਰਿਹਾ ਹੈ? ਇਹ ਤਾਂ ਸਾਜਿਸ਼ ਕੀ ਹੈ ਉਹਦੇ ਪਿੱਛੇ ਸਰਦਾਰ ਝੰਡਾ ਸਾਹਿਬ ਹੀ ਦੱਸ ਸਕਦੇ, ਕਿਉਂਕਿ ਇੱਕ ਵਾਰ ਉਹਨਾਂ ਨੂੰ ਹਰਿਆਣਾ ਨਿਵਾਸ 'ਚ ਬਿਠਾ ਕੇ ਮੁਲਾਕਾਤ ਵੀ ਹੋ ਚੁੱਕੀ ਹੈ, ਤੁਸੀਂ ਵੀ ਦੇਖੀ, ਵੀਡੀਓ ਵੀ ਆ ਚੁੱਕੀ ਹੈ ਕਿ ਅੱਜ ਤੋਂ ਬਾਅਦ ਅਸੀਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ। ਪਤਾ ਨਹੀਂ ਉਹ ਸਵੇਰ ਵਾਲੀ ਗੱਲ ਦੁਪਹਿਰ ਨੂੰ ਬਦਲ ਜਾਂਦੇ, ਦੁਪਹਿਰ ਵਾਲੀ ਸ਼ਾਮ ਨੂੰ ਬਦਲ ਜਾਂਦੇ ਆ, ਅੱਜ ਵਾਲੀ ਗੱਲ ਉਹ ਕੱਲ੍ਹ ਨੂੰ ਬਦਲ ਜਾਂਦੇ ਆ। ਜਾਂ ਤਾਂ ਸਰਦਾਰ ਝੰਡਾ ਸਾਹਿਬ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਆ ਤਾਂ ਕਰਕੇ ਉਹ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ। ਮੈਂ ਤਾਂ ਅਪੀਲ ਇਹੀ ਕਰਨੀ ਚਾਹੁੰਦਾ ਕਿ ਜਿਹੜੀ ਹਰਿਆਣਾ ਨਿਵਾਸ 'ਚ ਬੈਠ ਕੇ ਸਾਰੇ ਮੁੱਖ ਆਗੂ ਮੈਂਬਰਾਂ ਦੀ ਮੁਲਾਕਾਤ ਹੋਣ ਤੋਂ ਬਾਅਦ ਸਾਰੀ ਗੱਲਬਾਤ ਖਤਮ ਹੋ ਗਈ, ਆਪਸੀ ਸਹਿਮਤੀ ਬਣ ਗਈ ਸੀ ਕਿ 9 ਤਰੀਕ ਤੱਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਰਨੀ, ਜੋ ਕੰਟੀਨਿਊ ਕਮੇਟੀ ਚੱਲ ਰਹੀ ਹੈ, ਕਿਉਂਕਿ ਇਹ ਕੋਈ ਆਪਣੇ ਆਪ ਦਾ ਪ੍ਰਧਾਨ ਜਾਂ ਮੁੱਖ ਸੇਵਾਦਾਰ ਨਹੀਂ ਬਣ ਸਕਦਾ। ਜਦੋਂ ਝੰਡਾ ਸਾਹਿਬ ਦਾ ਅਸਤੀਫਾ ਲਿਆ ਸੀ, ਪ੍ਰਵਾਨ ਕੀਤਾ ਸੀ ਐਗਜ਼ੈਕਟਿਵ ਨੇ, ਫਿਰ ਜਨਰਲ ਹਾਊਸ ਨੇ, ਫਿਰ ਇਲੈਕਸ਼ਨ ਅਨਾਊਂਸ ਹੋਈ ਸੀ, ਫਿਰ ਇਲੈਕਸ਼ਨ ਦੇ ਵਿੱਚ ਵੋਟਾਂ ਪਈਆਂ ਸੀ, ਸਰਦਾਰ ਝੰਡਾ ਸਾਹਿਬ ਨੇ ਵੀ ਵੋਟ ਪਾਈ ਸੀ, ਝੰਡਾ ਸਾਹਿਬ ਦਾ ਕੈਂਡੀਡੇਟ ਹਾਰ ਗਿਆ ਸੀਗਾ ਤਾਂ ਮੈਨੂੰ ਬਹੁਮਤ ਮਿਲਿਆ ਸੀਗਾ। ਅੱਜ ਉਹਨਾਂ ਨੂੰ ਉਹ ਜਿਹੜੀ ਜਾਂ ਤਾਂ ਉਹ ਹਾਰ ਨਹੀਂ ਬਰਦਾਸ਼ਤ ਹੋ ਰਹੀ, ਉਸ ਵੇਲੇ ਤੋਂ ਉਹਨਾਂ ਨੇ ਤਾਂ ਗੁਰਦੁਆਰੇ ਹੀ ਆਉਣਾ ਛੱਡਤਾ ਸੀਗਾ। ਸਰਦਾਰ ਝੰਡਾ ਸਾਹਿਬ ਤਾਂ 2 ਸਾਲਾਂ 'ਚ ਸ਼ਾਇਦ ਇੱਕ ਵਾਰੀ ਗੁਰਦੁਆਰੇ ਨਹੀਂ ਆਏ ਹੋਣਗੇ, ਮੀਟਿੰਗ ਤਾਂ ਅਟੈਂਡ ਕੀ ਕਰਨੀ ਸੀਗੀ। ਜਨਰਲ ਹਾਊਸ 'ਤੇ ਪਾਬੰਦੀਆਂ ਲਗਾਉਣ ਵਾਸਤੇ ਵੀ ਉਹ ਹਾਈ ਕੋਰਟ 'ਚ ਚਲੇ ਗਏ ਕਿ ਜਨਰਲ ਹਾਊਸ ਨਾ ਹੋਵੇ, ਐਗਜ਼ੈਕਟਿਵ ਕਮੇਟੀ ਪ੍ਰਬੰਧ ਚਲਾਉਂਦੀ ਆ ਰਹੀ ਸੀਗੀ।